ਸੋ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ 31 ਵਿਸਾਖ 6 6 ਸਮਤ ਇੱਕ ਹਰਪਗਤ ਦਵਾਰ ਜਠਵਾਲ ਮੇਸੀ ਰੋਟੀ ਕਹੇ ਮੇਰਾ ਸੋਣਾ ਪਕਵਾਨ ਪੱਕੀ ਗੰਢ ਰਹਾ ਬੰਧਾਈਆ ਭਗਤਾਂ ਵੱਲੋਂ ਮਿਲਿਆ ਸੱਚਾ ਦਾਨ ਵਸਤੇ ਮੋਲ ਕਰੂਪ ਵਟਾਈਆ 994 ਚੌਕੜੀ ਜੁਗ ਜਿਹੜਾ ਮਿਲਿਆ ਨਹੀਂ ਕਿਸੇ ਦਾਨ ਸੋ ਅਮਿਉ ਅੰਮ੍ਰਿਤ ਅਮਿਤ ਦਿੱਤਾ ਵਰਤਾਈਆ ਆਦ ਜੁਗਾ ਤੇ ਜੁਗ ਚੌਕੜੀ ਬ੍ਰਹਮੰਡ ਖੰਡ ਜਿਹੜਾ ਭੋਗ ਲੱਗਾ ਨਾ ਵਿੱਚ ਦੋ ਜਹਾਨ ਉਰੀ ਲੋ ਆਕਾਸ਼ ਪਤਾਲ ਨਜ਼ਰ ਕਿਸੇ ਨਾ ਆਈਆ ਗੁਰ ਅਵਤਾਰ ਪੀਰ ਪੈਗੰਬਰ ਵੇਲਾ ਵਕਤ ਸਾਂਝਣਾ ਵੇਖ ਹੋਇ ਹੈਰਾਨ ਹੈਰਾਨੀ ਅੰਦਰ ਧਾਨ ਲਗਾਈਆ ਜਿਸ ਦੀ ਮਮਾਸਿਫ ਤਸਲਾ ਕਰਦੇ ਰਹੇ ਵੇਦ ਪੁਰਾਨ ਹੰਜੀ ਗੁਰੂ ਗ੍ਰੰਥ ਖਾਣੀ ਬਾਣੀ ਆਪਣਾ ਧਿਆਨ ਲਗਾਈਆ ਸੋ ਸਾਹਿਬ ਸੁਆਮੀ ਅੰਤਰ ਜਮੀ ਭਗਤਾ ਪ੍ਰੇਮ ਰਸ ਰਸਮ ਨਾਲ ਕਰੇ ਪਰਵਾਨ ਕਸਮ ਨਾਲ ਕਾਮਲ মুর্ਸ਼ਦ ਦੇ ਵੜਿਆਈਆ ਜਿਸ ਦੇ ਅੰਦਰੋਂ ਬਾਹਰੋਂ ਰਸ ਮਹਾਨ ਮਿਸੇ ਰੋਟੀ achar ਦੇ ਮਿਲੇ ਨਾਲ ਭਗਵਾਨ ਪੱਗਾਂ ਵਾਲਾ ਬਾਗ ਤੁਰਦਾ ਝੋਲੀ ਪਾਈਆ ਬੰਦ ਮਕਾ ਕੇ ਜ਼ਮੀ ਅਸਮਾਨ ਗ੍ਰੇ ਮੰਦਰ ਸੁਹਾਏ ਇੱਕ ਮਕਾਨ ਆਇਆ ਕਬਾ ਦੇਵੜਿਆਈਆ ਸੁੱਕਾ ਟੁਕਰ ਕਹੇ ਮੈਂ ਹਵਾਂ ਪਰਮਾਨ ਸੁਕਾ ਟੁਕਰ ਕਹੇ ਮੈਂ ਹਾਂ ਪ੍ਰਧਾਨ ਮੈਨੂੰ ਲੈਣ ਲਈ ਦਰਸਣ ਬਾਲ ਬਿਰਧ ਨੌਜਵਾਨ ਜੋ ਬਨਵੰਤੇ ਹੱਥ ਕਿਸੇ ਨਾ ਆਈਆ ਮਾਖਨ ਕਹੇ ਕੀ ਹੋਇਆ ਮੈਨੂੰ ਖਾ ਗਿਆ ਕ੍ਰਿਸ਼ਨ ਕਹਨ ਕਨਈਆ ਹੋ ਕੇ ਗੋਕਲ ਗਵਾਲਿਆਂ ਸੋਭਾ ਪਾਈਆ ਰੋਟੀ ਮਿੱਸੀ ਕਹੇ ਮੇਰੀ ਮਿਸਲ ਨਾ ਬਣਾਈ ਵਿੱਚ ਰੋਟੀ ਮਿੱਸੀ ਕਹੇ ਮੇਰੀ ਮਿਸਲ ਨਾ ਬਣਾਈ ਕਿਸੇ ਵਿੱਚ ਜਹਾਨ ਮਿਸ਼ਨ ਪਰਵਾਨਾ ਨਾ ਕੋਈ ਸਮਝਾਈਆ ਮਿਸ਼ਨ ਰੱਖ ਕੇ ਲੈਂਦੇ ਰਹੇ ਪੁੰਨਦਾਨ ਜਗਤਵਾਸ ਨਾਲ ਪਰਨਾਈਆ ਮੈਂ ਚੋਟੀ ਚੜ੍ਹ ਕੇ ਵੇਖਿਆ ਖੇਲ ਮਹਾਨ ਸੁੱਕਾ ਟੁਕੜਾ ਦੇ ਗਵਾਈਆ ਜਿੱਥੇ ਨਾ ਕੋਈ ਪੀਣ ਨਾ ਕੋਈ ਖਾਣ ਦਸਤਰ ਨਾ ਕੋਈ ਸਹਾਈਆ ਸੂਪਰ ਖੁਬੀਦਾ ਸਰਬ ਸੁਖਦਾਤਾ ਦੇਵਨ ਹਾਰ ਜਗਤ ਤਮਾ ਸ਼ਾ ਪੁਤਾਨ ਦਰ ਭਗਤੀ ਦੇ ਵਾਸਾ ਜਨਮ ਜਨਮ ਦਾ ਪਿਛਲਾ ਕਟ ਫਾਕਾ ਗਏ ਬਣ ਕੇ ਤੁਰਦਾ ਅਕਾ ਅਕਲ ਅਸਲ ਆਪਣੀ ਆਪ ਜਣਾਈ ਆ ਸਤ ਸੱਚ ਪ੍ਰੇਮ ਪਿਆਰ ਪੱਕਿਆ ਕਹੇ ਪ੍ਰਸਾਦਾ ਸਤਗੁਰ ਪ੍ਰਸਾਦਿ ਪ੍ਰੇ ਸਵਾਦ ਮੇਰਾ ਰੂਪ ਵਟਾਈਆ ਕਰ ਕਿਰਪਾ ਕਿਰਪਾ ਨਿਦਾਨ ਮੈਨੂੰ ਲਾਏ ਹੱਥ ਸਮਰੱਥ ਦਿੱਤੀ ਮਾਣ ਵਡਿਆਈਆ ਮਿੱਸੀ ਰੋਟੀ ਕਹੇ ਸਭ ਨੂੰ ਦੇਵਾ ਆਖ ਮੇਰੇ ਪਿਛੇ ਪਰਮਪੁਰਖ ਦਾ ਦਰਸ਼ਨ ਕਰੋ ਸਾਖਿਆਤ ਤੁਹਾਡੀ ਸਿਖਾਵਤ ਸੁਖ ਨਾਲ ਆਪਣੀ ਝੋਲੀ ਪਾਈਆ ਜੋਤੀ ਜੋਤ ਸਰੂਪ ਹਾਰੇ ਆਪ ਆਪਣੀ ਕਿਰਪਾ ਕਰ ਦੇ ਬਣਹਾਰ ਵਡਿਆਈ ਲੋਕ ਮਾਤ ਅੱਗੇ ਦਾ ਸਾਖ ਪਰਮਾਤਮ ਆਤਮ ਜੋੜ ਜੁੜਾਈ ਆ ਰੋਟੀ ਕਹੇ ਮੈਨੂੰ ਕੋਈ ਨਾ ਕਹੇ ਅਨ ਮਿਸਾ ਮੁਸੀਬਤ ਵਿੱਚ ਹੋਏ ਸਹਾਈਆ ਅੱਜ ਦੀ ਕਹਾਣੀ ਅਗਲਾ ਬਣਨਾ ਕਿੱਸਾ ਕਿਸਮਤ ਸਭ ਦੀ ਦਿਆਂ ਬਦਲਾਈ ਆ ਰੋਟੀ ਕਹੇ ਮੈਂ ਸਭ ਤੋਂ ਚੰਗੀ ਜਿਸ ਨੂੰ ਸਾਹਿਬ ਨੇ ਆਪ ਦਿੱਤਾ ਨਡਿੱਠ ਦਿੱਤੀ ਵਡਿਆਈ ਆ ਮੇਰਾ ਲੇਖਾ ਸਦਾ ਸਵਗਟਾ ਜੋ ਅੰਦਰ ਦੀ ਧਰ ਰਹੀ ਸਮਝਾਈ ਆ ਲੇਖ ਲਿਖਤ ਨਹੀਂ ਇਹ ਦਰਗਾਹ ਹੀ ਚਿੱਟਾ ਪਰਮਾਣਾ ਸੱਚ-ਸੱਚ ਸਮਝਾਈ ਆ ਬੱਚੋ ਤੁਹਾਡੇ ਸੱਚੇ ਪ੍ਰੇਮ ਪਿਆਰ ਦਾ ਸੁੱਕਾ ਟੁਕੜਾ ਖਾ ਕੇ ਖੁਸ਼ੀ ਮਨਾਈ ਆ ਇਸ ਤੋਂ ਅਵਰ ਨਹੀਂ ਕੋਈ ਹਿੱਤਾ ਸਾ ਜਣ ਮੀਤ ਨਹੀਂ ਕੋਈ ਮਿਟਾ ਜੋ ਮਿੱਤਰ ਪਿਆਰੇ ਮੇਲ ਮਿਲਾਈਆ ਅੰਮ੍ਰਿਤ ਰਸ ਸਾਰੇ ਕਹਿਣ ਇਸ ਤੋਂ ਅਵਰ ਨਹੀਂ ਰਸ ਮਿਟਾ ਵਿਠਤ ਰੂਪ ਨਾ ਕੋਈ ਵਟਾਈਆ ਮਿੱਸੀ ਰੋਟੀ ਕਹੇ ਜਿਸ ਵੇਲੇ ਮੈਨੂੰ ਮੈਨੂੰ ਯਾਦ ਆ ਗਿਆ ਜਿਹੜਾ ਨਾਨਕ ਦਾ ਮੈਨੂੰ ਯਾਦ ਆ ਗਿਆ ਜਿਹੜਾ ਨਾਨਕ ਨਾਲ ਕਾਲ ਕੀਤਾ ਇਕਰਾਰ ਨਾਮ ਸ਼ਬਦੀ ਰੂਪ ਵਟਾਈਆ ਮੈਂ ਉਸੇ ਹੀ ਖਾਤਰ ਚੜਿਆ ਤਪਣ ਵਾਲੇ ਅੰਗੀਠਾ ਅਗਨੀ ਅਗਨ ਨਾਲ ਆਪਣਾ ਰੂਪ ਬਦਲਾਈਆ ਮੈਨੂੰ ਯਾਦ ਆ ਗਿਆ ਜਿਸ ਵੇਲੇ ਗੋਬਿੰਦ ਪ੍ਰਵੇਸ਼ ਹੋਇਆ ਵਿੱਚ ਅੰਗੀਠਾ ਮਿੱਸਾ ਟੁਕੜਾ ਖਾ ਕੇ ਪ੍ਰਖਿਆਕਾਲ ਦਾ ਸ਼ੁਕਰ ਮਨਾਇਆ ਉਸ ਵੇਲੇ ਪ੍ਰਖਿਆਕਾਲ ਕਿਹਾ ਮੇਰਾ ਗੋਬਿੰਦ ਸਦਾ ਜੀਤਾ ਦੋ ਜਹਾਨ ਵਜੇ ਵਧਾਈਆ ਗੋਬਿੰਦ ਕਿਹਾ ਪ੍ਰਭੂ ਆਪਣਾ ਫਲ ਭਗਤਾਂ ਦਾ ਦਰਦੀਤਾ ਮੁੱਖਾਂ ਦੀ ਝੋਲੀ ਪਾਈ ਆ ਗੁਰਸਿੱਖਾ ਉਸ ਗੁਰਸਿੱਖਾ ਉਸ ਦਾ ਇਹ ਨਤੀਜਾ ਜਿਸ ਜਿਸ ਦੇ ਉੱਪਰ ਠਾਕਰ ਪਤੀਜਾ ਗੁਰਸਿੱਖਾ ਉਸ ਦਾ ਇਹ ਨਤੀਜਾ ਜਿਸ ਦੇ ਉੱਪਰ ਠਾਕਰ ਪਤੀਜਾ ਅਜੀਜ਼ਾਂ ਦਾ ਲੇਖਾ ਲਿਖੇ ਪਈਆ ਜੋਤੀ ਜੋਤ ਸਰੂਪ ਹਰਿ ਆਪ ਆਪਣੀ ਕਿਰਪਾ ਕਰ ਖੁਸ਼ੀ ਨਾਲ ਖਾ ਕੇ ਖੁਸ਼ਹਾਲੀ ਵਿੱਚ ਦੇਵੇ ਅਸੀਸਾ ਅਸਾ ਸਭ ਦੀ ਪੂਰ ਕਰਾਈਆ ਵਿਸ਼ਨੂ ਆਣ ਕੇ ਵੇਖ ਆਪਣੀ ਰੋਟੀ ਟੱਟੇ ਕਰ ਕਰ ਰਹੀ ਪਾਈਆ ਹੁਣ ਲੇਖਾ ਨਾ ਰਵਿਦਾਸ ਚ ਮਾਰੇ ਮੋਚੀ ਮੁਸ਼ਕਲ ਪਿਛਲੀ ਦੂਰ ਕਰਾਈਆ ਕੋਈ ਭਗਤ ਨਾ ਰਹੇ ਲੋਭੀ ਲਾਲਚ ਤਮਾ ਨ ਕੋਇ ਜਣਾਈਆ ਖਾਣਾ ਖੋਲਣ ਨਾ ਪਾਏ ਮੋਦੀ ਮੁੱਦਤ ਤੋਂ ਵਿਛੜੇ ਲੇਖੇ ਰਹਾ ਚੁਕਾਇਆ ਤੇ ਪਿਆਰ ਦਾ ਪ੍ਰੀਤਮ ਜੋ ਜੀ ਚਰਨ ਕਵਲ ਦੇਵੇ ਸਰਨਾਈਆ ਅੰਤਰੀ ਆਤਮ ਦੇ ਕੇ ਸੋਹੀ ਸੋਈ ਸੁਰਤੀ ਲਾਏ ਉਠਾਈਆ ਦੁੱਖ ਭੁੱਖ ਦਾ ਗੁਰਮੁਖ ਰਹੇ ਨਾ ਕੋਈ ਰੋਗੀ ਸ਼ਰਗਤੋਂ ਪਰ ਆਪਣਾ ਰੰਗ ਚੜਾਈਆ ਸੁੱਕਾ ਟੁਕੜਾ ਕਹੇ ਮੈਨੂੰ ਖਾ ਕੇ ਸਤਗੁਰ ਬਣਨਾ ਧੋਵੀ ਅੰਦਰੋਂ ਦਰਮਤ ਮੈ ਅਲਤੁ ਆਈਆ ਗੁਰਮੁਖੋ ਬਚਿਆਂ ਵਾਂਗ ਚੁਕਣਾ ਗੋਦੀ ਦਾਵਰੀ ਬੈਠੀ ਰਾਤ ਕਾਇਆ ਦਿੱਤਾਦਰਸੇ ਅਮੋਗੀ ਮੁਫਤ ਛੋੜੀ ਦਿੱਤੀ ਭਾਈਆ ਮੇਲ ਮਿਲਾ ਕੇ ਤਰਸਨ ਜੋਗੀ ਵਿਛੜਿਆ ਲੈਣਾ ਜੁੜਾਈਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਭੋਗ ਲਗਾ ਕੇ ਬਣੇ ਭੋਜੀ ਭਾਜੀ ਗੁਰਮੁਖਾਂ ਦਾਏ ਵਰਤਾਈਆ ਸੋ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ